हेलो एवरीबॉडी, तुहाड़ा सब दा स्वागत है चैनल इंडी 10 ते। ते अज पेश कर रहे हैं प्रोग्राम कुछ गल्लां तेरे नाल। अज बहुत ही फेमस फनकार सुरेंद्र खान जी नाल मुलाकात होएगी, जिन्हां दी तारीफ लई शायद मेरे कोल लफ्ज़ बहुत कम हन। आओ उन्हां दे नाल मिलदे हां। हेलो सर। हेलो जी, सत श्री अकाल, नमस्कार जी। की हाल है तुहाडा? मैं बिल्कुल ठीक हां जी, बहुत वधिया, शुक्र है। गल किस तरह शुरू करिए, तुहाडी एक छोटी जी गजल सुन के या फिर? जी जिद्दां तुसीं हुक्म करो, मैं सब तो पहला एक अपनी गजल तुहाडे नाल। चलो इस दे नाल ही शुरू करदे आ। सी देर में इतना बदल गया कैसे, जरा सी देर में इतना बदल गया कैसे। मैं उसको छूने से पहले ही जल गया कैसे, जरा सी देर में इतना बदल गया कैसे। बहुत खूब, बहुत खूब, शुक्रिया जी। सर थोड़ा जिहा सानू दसोगे तुहाडी फैमिली बैकग्राउंड दा किस तरह रहा है और म्यूजिक नाल किस तरह एसोसिएशन रही तुहाडी कोई? जी बिल्कुल, मैं क्योंकि खानदानी बच्चा है जी म्यूजिक दे विच, और मेरे परदादा जी खान साहब कादर बख्श साहब वह भी क्लासीकल गवैये सन, फिर मेरे दादा जी भी क्लासीकल गवैये सन, फिर उस तो बाद जिहड़े मेरे ताया जी ने वह भी कवाली करते सन, छांगा बांगा जी के नाम तो मशहूर होए कवाली जी। जिहड़ा मेरा पूरा बैकग्राउंड है जी पूरा म्यूजिकल है। अच्छा जी, तुसी कित्थों बिलोंग करते हो सर? जी मैं बठिंडा जिला दे विच, एक शहर है रामपुरा फूल, मैं उत्थों का जम पल है जी, और जिहड़ा अपनी जिंदगी का अद्धा हिस्सा हुण तक दा मैं उत्थे कढ़िया। ਤੇ ਤੁਸੀਂ ਇਹ ਮਿਊਜ਼ਿਕ ਕਿੱਥੋਂ ਸਿੱਖਿਆ ਸਰ, ਕੌਣ ਉਸਤਾਦ ਨੇ ਤੁਹਾਡੇ? ਜੀ ਵੈਸੇ ਜਿਹੜੇ ਮੇਰੇ ਜੋ ਗੰਡਾਬੰਦ ਸ਼ਾਗਿਰਦ ਮੈਂ ਜਿਨ੍ਹਾਂ ਦਾ ਹੈ ਜੀ, ਉਹਨੇ ਉਸਤਾਦ ਬਾਕਰ ਹੁਸੈਨ ਖਾਨ ਸਾਹਿਬ, ਜਿਨ੍ਹਾਂ ਦੇ ਕਿ ਬਹੁਤ ਸਾਰੇ ਸ਼ਾਗਿਰਦ ਤੁਸੀਂ ਨਾਮ ਸੁਣਿਆ, ਮੁਹੰਮਦ ਸਦੀਕ ਜੀ ਨੇ ਜਾਂ ਸੁਖਵੰਤ ਕੌਰ ਸੁੱਖੀ ਜੀ, ਪਰਮਿੰਦਰ ਸੰਧੂ ਜੀ ਹੁੰਦੇ ਸੀਗੇ, ਔਰ ਪੂਰਨ ਸ਼ਾਹ ਕੋਟੀ ਜੀ ਜਿਹੜੇ ਕਿ ਮਾਸਟਰ ਸਲੀਮ ਦੇ ਫਾਦਰ ਸਾਹਿਬ ਨੇ, ਅਤੇ ਹੋਰ ਵੀ ਅਸ਼ੋਕ ਚੰਚਲ ਜੀ ਜਿਹੜੇ ਜਾਗਰਣ ਲਾਈਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਸੀਗਾ ਜੀ, ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ, ਅਤੇ ਇਹ ਸਾਰੇ ਉਸਤਾਦ ਜਨਾਬ ਬਾਕਰ ਹੁਸੈਨ ਖਾਨ ਸਾਹਿਬ ਜੀ ਦੇ ਸ਼ਾਗਿਰਦ ਸੀ, ਔਰ ਮੈਨੂੰ ਵੀ ਇਹ ਮਾਣ ਹਾਸਲ ਹੈ ਕਿ ਮੈਂ ਉਹਨਾਂ ਦਾ ਸ਼ਾਗਿਰਦ ਹਾਂ, ਔਰ ਉਸ ਤੋਂ ਪਹਿਲਾਂ ਮੇਰੇ ਚਾਚਾ ਜੀ ਨੇ, ਬੱਬੂ ਚਾਚਾ ਜੀ ਬੱਬੂ ਖਾਨ ਜੀ, ਜਿਨ੍ਹਾਂ ਨੇ ਮੈਨੂੰ ਇਸ ਮਿਊਜ਼ਿਕ ਫੀਲਡ ਦੇ ਵਿੱਚ ਸ਼ੁਰੂਆਤ ਕਰਵਾਈ ਜੀ। ਤੁਸੀਂ ਸਭ ਤੋਂ ਪਹਿਲੇ ਸਟੇਜ ਪ੍ਰੈਜੈਂਟੇਸ਼ਨ ਕਿਹੜੀ ਏਜ ਤੇ ਤੁਸੀਂ ਕੀਤੀ? ਜੀ ਸਭ ਤੋਂ ਪਹਿਲਾਂ ਜਿਹੜੀ ਮੇਰੀ ਸਟੇਜ ਪਰਫੋਰਮੈਂਸ ਸੀਗੀ ਉਹ ਮੈਂ 8 ਸਾਲ ਦਾ ਸੀਗਾ ਜੀ, ਜਿਹੜੇ ਟਾਈਮ ਮੈਂ ਪਹਿਲੀ ਵਾਰ ਆਪਣੀ ਸਟੇਜ 'ਤੇ ਕੋਈ ਚੀਜ਼ ਪੇਸ਼ ਕੀਤੀ ਸੀ, 8 ਸਾਲ ਦੀ ਉਮਰ ਸੀ ਮੇਰੀ, ਮੇਰੇ ਖਿਆਲ 'ਚ ਮੈਂ 5ਵੀਂ ਕਲਾਸ ਦੇ ਵਿੱਚ ਸੀਗਾ ਜਾਂ 4th-5th ਕਲਾਸ 'ਚ ਸੀਗਾ ਜੀ, ਉਦੋਂ ਮੇਰੀ ਪਹਿਲੀ ਪਰਫੋਰਮੈਂਸ ਹੋਈ ਸੀ। ਔਰ ਤੁਹਾਡੀ ਲਗਨ ਮਿਊਜ਼ਿਕ ਨਾਲ ਹਮੇਸ਼ਾ ਰਹੀ ਜਾਂ ਤੁਹਾਡੇ ਪੇਰੈਂਟਸ ਕਦੀ ਚਾਹੁੰਦੇ ਸਨ ਕਿ ਤੁਸੀਂ ਦੂਸਰਾ ਕੋਈ ਸਟ੍ਰੀਮ ਲਾਈਫ ਵਿੱਚ ਕੋਈ ਹੋਰ ਪ੍ਰੋਫੈਸ਼ਨ ਅਡਾਪਟ ਕਰੋ? ਜੀ ਮੇਰੇ ਫਾਦਰ ਸਾਹਿਬ ਥੋੜ੍ਹਾ ਜਿਹਾ ਚਾਹੁੰਦੇ ਸੀਗੇ ਕਿ ਮੈਂ ਇਸ ਲਾਈਨ ਤੋਂ ਥੋੜ੍ਹਾ ਹਟ ਕੇ ਜਾਵਾਂ, ਕਿਉਂਕਿ ਉਹ ਖੁਦ ਗਵਰਨਮੈਂਟ ਜੋਬ 'ਤੇ ਸੀਗੇ, ਅਤੇ ਮੇਰੇ ਫਾਦਰ ਸਾਹਿਬ ਕਹਿੰਦੇ ਸੀ ਕਿ ਤੁਸੀਂ ਰਹਿਣ ਦਿਓ, ਇਹ ਕੁਛ ਆਪਾਂ ਕਾਫੀ ਟਾਈਮ ਤੋਂ ਕਰਦੇ ਆ ਰਹੇ ਹਾਂ, ਅਤੇ ਈਵਨ ਕਿ ਮੈਨੂੰ ਪਟਵਾਰੀ ਦੀ ਨੌਕਰੀ ਵੀ ਮਿਲੀ ਹੋਈ ਸੀ, ਮੈਂ ਪਰ ਗਿਆ ਨਹੀਂ ਉੱਥੇ, ਪਹਿਲੀ ਅਟੈਂਡੈਂਸ ਪਾਉਣ ਲਈ ਮੈਂ ਨਹੀਂ ਗਿਆ, ਖੈਰ ਉਹ ਕਾਫੀ ਪੁਰਾਣੀਆਂ ਗੱਲਾਂ ਹੋ ਗਈਆਂ, ਪਰ ਫਿਰ ਵੀ ਜਦੋਂ ਪਾਪਾ ਨੂੰ ਇਸ ਚੀਜ਼ ਦਾ ਹੋਇਆ ਕਿ ਇਹਨਾਂ ਨੇ ਹੋਰ ਕੁਛ ਨਹੀਂ ਕਰਨਾ, ਸਿਰਫ ਮਿਊਜ਼ਿਕ ਹੀ ਕਰਨਾ, ਫਿਰ ਉਹਨਾਂ ਨੇ ਮਿਹਨਤ ਵੀ ਮੈਨੂੰ ਆਪਣੇ ਹੱਥਾਂ ਨਾਲ ਹੀ ਕਰਵਾਈ ਪੂਰੀ ਮਿਊਜ਼ਿਕ ਦੇ ਵਿੱਚ ਜੀ। ਅਤੇ ਤੁਸੀਂ ਇਹ ਗਜ਼ਲ ਨੂੰ ਹੀ ਕਿਉਂ ਚੁਣਿਆ? ਗਜ਼ਲ ਇਸ ਕਰਕੇ ਮੈਂ ਚੁਣੀ ਜੀ ਕਿਉਂਕਿ ਮੈਂ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦਾ ਬਹੁਤ ਵੱਡਾ ਫੈਨ ਵੀ ਹੈ, ਔਰ ਉਹਨਾਂ ਦਾ ਬੱਚਾ ਵੀ ਹੈ, ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਪਿਆਰ ਕਰਦਾ, ਔਰ ਬਚਪਨ ਤੋਂ ਹੀ ਮੈਂ ਉਹਨਾਂ ਦੀਆਂ ਗਜ਼ਲਾਂ ਨੂੰ ਬਹੁਤ ਜ਼ਿਆਦਾ ਸੁਣਿਆ ਜੀ, ਅਤੇ ਉਹਨਾਂ ਨੂੰ ਸੁਣ ਸੁਣ ਕੇ ਮੇਰੇ ਅੰਦਰ ਵੀ ਇਹ ਇੱਛਾ
ਪੈਦਾ ਹੋਈ ਕਿ ਮੈਂ ਗਜ਼ਲ ਸਿੰਗਰ ਬਣਾ, ਕਿਉਂਕਿ ਮੈਨੂੰ ਬੱਚਾ ਜਿਹੜੀ ਚੀਜ਼ ਨੂੰ ਜ਼ਿਆਦਾ ਲਾਈਕ ਕਰਦਾ ਨਾ, ਤਾਂ ਦਿਲ ਉਹਦਾ ਕਰਦਾ ਕਿ ਮੈਂ ਉਹਦੇ ਵਰਗਾ ਬਣਾ ਜਾਂ ਉਹਦੇ ਵਰਗੀਆਂ ਚੀਜ਼ਾਂ ਨੂੰ ਮੈਂ ਵੀ ਅਡੋਪਟ ਕਰਾਂ। ਅਤੇ ਮੈਂ ਗੁਲਾਮ ਅਲੀ ਸਾਹਿਬ ਤੋਂ ਬੜਾ ਮੁਤਾਸਿਰ ਸੀਗਾ ਜੀ, ਅਤੇ ਇਸ ਕਰਕੇ ਫਿਰ ਮੈਂ ਗਜ਼ਲ ਲਾਈਨ ਦੇ ਵਿੱਚ ਆਇਆ। ਕੋਈ ਉਹਨਾਂ ਦਾ ਪੇਸ਼ ਕਰੋ? ਜੀ ਜੀ, ਜ਼ਰੂਰ ਜ਼ਰੂਰ। ਮੈਂ ਇੱਕ ਗਜ਼ਲ ਜੋ ਕਿ ਗੁਲਾਮ ਅਲੀ ਖਾਨ ਸਾਹਿਬ ਦੀ ਬਹੁਤ ਹੀ ਮਕਬੂਲ ਗਜ਼ਲ ਹੈ, ਤੁਸੀਂ ਸਾਰਿਆਂ ਨੇ ਬਹੁਤ ਸੁਣੀ ਹੋਈ ਹੈ, ਮੈਂ ਤੁਹਾਡੇ ਨਾਲ ਜ਼ਿਕਰ ਕਰਨੀ। ਅਬ ਮੈਂ ਸਮਝਾ ਤੇਰੇ ਰੁਖਸਾਰ ਪੇ ਤਿਲ ਕਾ ਮਤਲਬ, ਦੌਲਤ ਹੁਸਨ ਪੇ ਦਰਬਾਨ ਬਿਠਾ ਰੱਖਾ ਹੈ। ਚੁਪਕੇ ਰਾਤ ਦਿਨ ਆਸੂ ਬਹਾਨਾ ਯਾਦ ਹੈ ਹੈ, ਚੁਪਕੇ ਚੁਪਕੇ ਰਾਤ ਦਿਨ ਆਸੂ ਬਹਾਨਾ ਯਾਦ ਹੈ, ਹਮਕੋ ਅਬ ਤੱਕ ਆਸ਼ਕੀ ਜ਼ਮਾਨਾ ਯਾਦ ਹੈ, ਚੁਪਕੇ ਚੁਪਕੇ ਰਾਤ ਦਿਨ ਆਸੂ ਬਹਾਨਾ ਯਾਦ ਹੈ। ਪਹਿਰ ਕੀ ਧੂਪ ਮੇ ਮੇਰੇ ਬੁਲਾਨੇ ਕੇ ਲੀਏ, ਦੋਪਹਿਰ ਕੀ ਧੂਪ ਮੇ ਮੇਰੇ ਬੁਲਾਨੇ ਕੇ ਲੀਏ, ਵੋ ਤੇਰਾ ਕੋਠੇ ਪੇ ਨੰਗੇ ਪਾਂਵ ਆਨਾ ਯਾਦ ਹੈ, ਹਮਕੋ ਅਬ ਤੱਕ ਆਸ਼ਕੀ ਕਾ ਵੋ ਜ਼ਮਾਨਾ ਯਾਦ ਹੈ, ਚੁੱਕੇ ਚੁੱਕੇ ਰਾਤ ਦਿਨ ਆਸੂ ਬਹਾਨਾ ਯਾਦ ਹੈ। ਬਹੁਤ ਖੂਬ ਸਰ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸਰ। ਗਜ਼ਲ ਜੋ ਹੈ ਇਸ ਦਾ ਸਿਰਫ ਉਰਦੂ ਵਿੱਚ ਹੀ ਲਿਖੀ ਜਾਂਦੀ ਹੈ ਜਾਂ ਕੋਈ ਹੋਰ ਵੀ ਲੈਂਗੁਏਜ? ਨਹੀਂ, ਇਹ ਐਕਚੁਅਲੀ ਗਜ਼ਲ ਜਿਹੜੀ ਹੈ ਸਿਰਫ ਉਰਦੂ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਇਹ ਪਸ਼ਤੋ ਦੇ ਵਿੱਚ ਵੀ ਹੁੰਦੀ ਹੈ ਗਜ਼ਲ, ਔਰ ਹਿੰਦੀ ਦੇ ਵਿੱਚ ਵੀ ਗਜ਼ਲ ਹੁੰਦੀ ਹੈ ਜੀ, ਪੰਜਾਬੀ ਦੇ ਵਿੱਚ ਵੀ ਗਜ਼ਲ ਹੁੰਦੀ ਹੈ। ਮੈਂ ਕਾਫੀ ਪੰਜਾਬੀ ਵੀ ਗਜ਼ਲਸ ਮੈਂ ਕਾਫੀ ਗਾਈਆਂ ਨੇ, ਔਰ ਜੋ ਜ਼ਿਆਦਾ ਅਹਿਸਾਸ ਜਿਹੜਾ ਇਹਦਾ ਉਹ ਉਰਦੂ ਦੇ ਨਾਲ ਜੁੜਿਆ ਹੋਇਆ, ਕਿਉਂਕਿ ਉਰਦੂ ਜ਼ਬਾਨ ਜਿਹੜੀ ਹੈ ਉਹ ਬਹੁਤ ਹੀ ਤਹਿਜ਼ੀਬ ਵਾਲੀ ਜ਼ੁਬਾਨ ਮੰਨੀ ਜਾਂਦੀ ਹੈ ਦੁਨੀਆ ਦੇ ਵਿੱਚ, ਇਸ ਕਰਕੇ ਜਿਹੜਾ ਗਜ਼ਲ ਦਾ ਜਿਹੜਾ ਪ੍ਰਭਾਵ ਹੈ, ਜਿਹੜੀ ਗਜ਼ਲ ਜ਼ਿਆਦਾ ਉਰਦੂ ਤੋਂ ਹੀ ਪ੍ਰਭਾਵਿਤ ਹੈ। ਔਰ ਗਜ਼ਲ ਗਜ਼ਲ ਗਾਇਕੀ ਦੇ ਲਈ ਇਹ ਹਾਰਮੋਨੀਅਮ ਹੀ ਸਿਰਫ ਹਮੇਸ਼ਾ ਇੰਸਟਰੂਮੈਂਟ ਲਿਆ ਗਿਆ ਹੈ ਜਾਂ ਫਿਰ ਕੋਈ ਹੋਰ ਵੀ ਐਕਸਪੈਰੀਮੈਂਟਸ ਕੀਤੇ ਗਏ ਨੇ? ਜੀ, ਕਾਫੀ ਇੰਸਟਰੂਮੈਂਟ, ਕਿਉਂਕਿ ਜਿਹੜਾ ਹਾਰਮੋਨੀਅਮ ਦਾ ਮੈਂ ਤੁਹਾਨੂੰ ਦੱਸਦਾ, ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਉਸਤਾਦ ਜਨਾਬ ਗਜ਼ਲ ਦੇ ਜੋ ਬਾਦਸ਼ਾਹ ਰਹੇ ਨੇ, ਸ਼ਹਿਨਸ਼ਾਹ ਗਜ਼ਲ ਉਹਨਾਂ ਨੂੰ ਕਹਿੰਦੇ ਨੇ, ਜਨਾਬ ਮਹਿਦੀ ਹਸਨ ਖਾਨ ਸਾਹਿਬ, ਉਹਨਾਂ ਨੇ ਗਜ਼ਲ ਜਿਹੜੀ ਗਾਈ ਹੈ ਉਹ ਸਵਰਮੰਡਲ 'ਤੇ ਗਜ਼ਲ ਗਾਉਂਦੇ ਸਨ। ਸਵਰਮੰਡਲ ਹੁੰਦਾ ਇੱਕ, ਉਹਦੇ ਵਿੱਚ ਕਾਫੀ ਸਾਰੀਆਂ ਤਾਰਾਂ ਹੁੰਦੀਆਂ ਨੇ ਲੱਗੀਆਂ, ਔਰ ਇਸ ਤਰੀਕੇ ਨਾਲ ਤੁਸੀਂ ਉਹਨੂੰ ਵਜਾਉਂਦੇ ਤਾਂ ਉਹਦੇ ਵਿੱਚੋਂ ਸਾਰੇ ਸੁਰ ਨਿਕਲਦੇ ਨੇ ਕਾਫੀ ਸਾਰੇ, ਜਿਸ ਮੂਡ ਦੀ ਤੁਸੀਂ ਗਜ਼ਲ ਗਾਉਣੀ। ਅਤੇ ਪਹਿਲਾਂ ਗਜ਼ਲ ਉਹਦੇ 'ਤੇ ਗਾਉਂਦੇ ਹੁੰਦੇ, ਫਿਰ ਜਿਹੜਾ ਹਾਰਮੋਨੀਅਮ ਦਾ ਜਿਹੜਾ ਰਿਵਾਜ਼ ਹੈ ਉਹ ਜ਼ਿਆਦਾ
मैं जितों तक समझदा, जितों तक मेरी समझ है कि उस्ताद गुलाम अली खान साहब ने इस चीज़ नू हारमोनीयम नू नाल रख के गज़ल गाउणी शुरू की थी। फिर होर काफ़ी जिन्हें भी सिंगर ने, काफ़ी सिंगरस ने, जिमें जगजीत साहब सीगे या पंकज उदास जी ने या अनूप जलोटा जी ने, बाकी सारे भी हारमोनीयम नू नाल रख के गाउंदे जी। और गजल द हिंदी मूवीज़ विच, बॉलीवुड या पंजाबी विच कोई फ्यूचर है ऐसा, या फिर उसका कोई अफेक्ट रहा है पहले? पहले इहदा काफ़ी अच्छा अफेक्ट रहा जी, क्योंकि गज़ल पहला बॉम्बे दे विच भी एक अंग मनी जाती सी फिल्म का, जिमें तुसी सुनी होनी है गज़ल इन्हां दी, चमकते चांद को टूटा हुआ तारा बना डाला, गुलाम अली साहब ने गाई सी, मेरी आवारगी ने मुझको आवारा बना डाला, फिर चुपके चुपके रात दिन पहला इन्हां दी गज़ल आई, और उस तो बाद काफ़ी सारियां गज़लां जिमें तुम इतना जो मुस्कुरा रहे हो या मेरा गीत अमर कर दो, जगजीत साहब दियां गज़लां ने, फिर सरफरोश फिल्म दे विच गज़ल सीगी एक होश वालों को खबर क्या जी, जी। बेखुदी क्या चीज़ है, तो गज़ल नू भी एक अंग बनया जाता सी किसी टाइम दे। लेकिन हुण जो माहौल जिहड़ा हुंदा चल रहा है, हुण ते गीत आ रहे ने, बस इस चीज़ का भी शुक्र करो। मैनू जित तक उम्मीद है कि आने वाला जिहड़ा फ्यूचर जिहड़ा हैगा ना, उहदे विच गीत भी निकल जाणगे, तो मेरे ख्याल च डायरैक्ट सिद्धियां जिवें आपां जिहड़ी चीज़ नू बुरे तरीके नाल कहिंदे, गालां जिहनू आपां कहिंदे, तो एक दूजे नूं ताने मिलने, वो हुण फिल्मां दे विच आउणे शुरू हो जाणे ने, लगभग आ ही चुके ने, क्योंकि उत्थे बीप वज जांदी है जिथे कोई इस तरीके दी कोई गाली दिंदा, तो ये बड़ी मंदभागी गल है। लेकिन फिर भी जिहड़ा जिन्ने भी जिहड़े अच्छा सुनने वाले ने ना, वो अज भी गज़ल नूं उन्ना ही प्यार करदे ने। खान सर, तुसी वर्ल्ड टूर कीता जी, बड़ी कंट्रीज च लाइव शोज कीते जी, बिल्कुल तुसी कंसर्ट्स कीते जी, और उस दौरान तुहाडी फैमिली ने तुहानू दूर रह के पास रह के हर तरीके नाल सपोर्ट कीता जी, बिल्कुल बिल्कुल। ते मैं चाहवांगी कि तुहाडी वाइफ नाल भी मुलाकात कीती जाए, ते उहनां दा एक्सपीरियंस भी देखिया जाए। जी जी बिल्कुल, मैं एक छोटे जिहे शेर दे नाल मैं अपनी वाइफ नूं सद्दा देवांगा कि मेरी जिंदगी के मालिक, मेरी ज़िंदगी के मालिक, मेरे दिल पे हाथ रखना, तेरे आने की खुशी में मेरा दम निकल ना जाए। मेरे वाइफ ने जी, शमा जी,